ਹੋਰ ਬਈ ਕਿਦਾਂ ਛੇਰੋ ਆ ਗਏ ਹਾਂ ਜੀ ਆ ਗਏ ਜੀ ਆ ਗਏ ਕੀ ਲਿਆਂਦਾ ਜੇ ਬਸ ਜੀ ਆ ਜੇ ਤੇ ਸਮਾਨ ਮੇਨ ਮੇਨ ਹੀ ਆ ਬਾਕੀ ਟਰਾਲੀ ਚ ਪਿਆ ਹੈਗਾ ਨਾ ਹਾਂ ਜੀ ਹੈਗਾ ਪਿੱਛੇ ਟਰਾਲੀ ਚ ਪਿਆ ਵਾਧੂ 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 ਹੈ ਮਾਲ ਤੇ ਵਾਧੂ ਆ ਤੁਸੀਂ ਖਰੀਦਣ ਵਾਲੇ ਨਹੀਂ ਆਉਂਦੇ ਤੇ ਓ ਬੱਲੇ ਸਤਿ ਸ਼੍ਰੀ ਅਕਾਲ ਪਾਪਾ ਜੀ ਸਤਿ ਸ਼੍ਰੀ ਅਕਾਲ ਬਾਬੂ ਜੀ ਸਤਿ ਸ਼੍ਰੀ ਅਕਾਲ ਹੋਰ ਕੀ ਹਾਲ ਚਾਲ ਜੇ ਠੀਕ ਠਾਕ ਆ ਵੀਰ ਜੀ ਠੀਕ ਠਾਕ ਗੋਭੀ ਲੈ ਕੇ ਆਏ ਫਿਰ ਅਰਕਾ ਹੈ ਹਾਂ ਜੀ ਗੋਭੀ ਲਿਆਂਦੀ ਹੈ ਤੁਸੀਂ ਮਟਰ ਲੈ ਗਏ ਭਾਜੀ ਹਾਂ ਜੀ ਮਟਰ ਆ ਜੀ ਸੁਣੋ ਵਧੀਆ ਕਿੰਨੀ ਕੁ ਲਿਆਂਦੀ ਫੇ ਆਈਟਮ ਆਈਟਮ ਤਾਂ ਨਹੀਂ ਪਤਾ ਜੀ ਆਈਟਮ ਟਰਾਲੀ ਦੇ ਵਿੱਚ ਮਾਲ ਆ ਅੱਛਾ ਅੱਛਾ ਇਹ ਸਿੰਪਲ ਰੱਖਿਆ ਇੱਥੇ ਸਿੰਪਲ ਆ 20 ਕੁਇੰਟਲ ਦੇ ਮੁੱਲ ਲੱਗ ਸਕੇ ਆ ਸਿੰਪਲ ਤੇ ਚੰਗਾ ਤੁਹਾਡਾ ਕੋਈ ਨਹੀਂ ਖਰੀਦ ਲੈਨੇ ਆ ਚਲੋ ਅੱਜ ਤੇ ਆ ਭਾਜੀ ਵੀ ਆਏ ਨੇ ਕਰੋ ਫਿਰ ਅੱਜ ਬੋਲੀ ਬਾਲੀ ਦਾ ਹੋਊਗਾ ਕਿ ਪ੍ਰਬੰਧ ਹੈ ਕੋਈ ਨਹੀਂ ਬੋਲੀ ਲਾ ਲੈਨੇ ਆ ਇਹ ਕਿਹੜੀ ਗੱਲ ਆ ਠੀਕ ਆ ਜੀ ਦੱਸੋ ਵੀ ਕੀ ਪਾ ਲੈਣੀ ਆ ਤਾਂ ਭਾਈ 200 ਰੁਪਿਆ ਦੋੜੇ ਦਾ ਚੱਲਦਾ ਮੈਂ 210 ਦੇ ਦੇਣਾ ਮੇਰਾ 250 ਚਲੋ ਮੈਂ 260 ਦੇਣਾ ਚਲੋ ਛੱਡੋ ਮੇਰਾ 300 ਰੁਪਿਆ ਤੋੜੇ ਦਾ ਚਲੋ ਭਾਈ ਕੋਈ ਨਹੀਂ ਆਪਾਂ ਨੂੰ ਤਾਂ ਫਿਰ ਇੰਨਾ ਮਹਿੰਗਾ ਵਾਰਾ ਨਹੀਂ ਖਾਂਦਾ ਤੁਸੀਂ ਇਹਨਾਂ ਨੂੰ ਦੇ ਦਿਓ ਚਲੋ ਫਿਰ ਮਾਲ ਤਾਂ ਹੋ ਗਿਆ ਮੇਰਾ ਤੇ ਗੱਡੀ ਮੈਂ ਫੋਨ ਕਰ ਦਿੰਦਾ ਆ ਜਾਂਦੀ ਆ ਲੋਡ ਕਰਾ ਦਿਓ ਉਹਨਾਂ ਚਿਰ ਮੈਂ ਅੱਗੋਂ ਗੇੜਾ ਕੱਢਾਂ ਹੈ ਠੀਕ ਹੈ ਠੀਕ ਹੈ ਜਾਓ ਜੀ ਹਾਂਜੀ ਹਾਂਜੀ ਠੀਕ ਹੈ ਹੁਣ ਤਾਂ ਲੱਗਦਾ ਭਾਜੀ ਆਪਾਂ ਨੂੰ ਆੜ ਤੇ ਛੱਡਣੀ ਆਈ ਪਊਗੀ ਕਿਉਂ ਭਾਈ ਜੀ ਕੀ ਗੱਲ ਹੋ ਗਈ ਕੁਛ ਨਹੀਂ ਭਾਈ ਆ ਜਿਹੜੇ ਪ੍ਰਾਈਵੇਟ ਵਪਾਰੀ ਆ ਇਹਨਾਂ ਤੰਗ ਭੋਗ ਤਾਂ ਸਾਰਾ ਸਮਾਨ ਜੋ ਆਪਾਂ ਰੇਟ ਕਰਦੇ ਆ ਇਹਦੇ ਤੋਂ ਵੱਧ ਦੇ ਕੇ ਡਬਲ ਦੇ ਕੇ ਇਹ ਖਰੀਦ ਲੈਂਦੇ ਨੇ 5-10 ਰੁਪਏ ਤਾਂ ਬੰਦਾ ਵਾਰਾ ਖਾ ਜਾਂਦਾ ਕੋਈ 2-4 ਅੱਗੇ ਕਮਾ ਲੇ ਪਰ ਇਹਨਾਂ ਲੋਕਾਂ ਨੇ ਸਾਰਾ ਬੇੜਾ ਗਰਕ ਕਰ ਦਿੱਤਾ ਸਾਡੀਆਂ ਆੜਤਾਂ ਦਾ ਬਹੁਤ ਮੁਸ਼ਕਲ ਕੀਤਾ ਪਿਆ ਜੀਣਾ ਇਹਨਾਂ ਲੋਕਾਂ ਨੇ ਸਾਡਾ ਚਲੋ ਕੋਈ ਨਹੀਂ ਜਮਾਨਾ ਵਾ ਬਈ ਇਦਾਂ ਹੀ ਚੱਲਣਾ ਹੈ ਚਲੋ ਕਰਨਾ ਪੈਣਾ ਹੀ ਲੱਗਦਾ ਹੈ ਪੈਣਾ ਹੀ ਹੁਣ ਆੜਤ ਜੀ ਕੀ ਕਰਾਂਗੇ ਫਿਰ ਕੋਈ ਹੋਰ ਕੰਮ ਵੇਖ ਲਾਂਗੇ ਚਲੋ ਚੰਗਾ ਵੀਰ ਜੀ ਚੰਗਾ ਜੀ ਨਹੀਂ ਜੇ ਆੜਤ ਨਹੀਂ ਹੁੰਦੀ ਇਹਨਾਂ ਕੋਲੋਂ ਤਾਂ ਨਾ ਕਰਨ ਬਈ ਸਾਨੂੰ ਸਾਡੀ ਏਜੰਸ ਦੇ ਪੈਸੇ ਚੰਗੇ ਮਿਲਣ ਦੇ ਅਸੀਂ ਕਿਉਂ ਨਾ ਵੇਚੀਏ ਵੱਧ ਰੇਟ ਤੇ ਠੀਕ ਹੈ ਜੀ ਗੱਲ ਠੀਕ ਹੈ ਕਿ ਨਹੀਂ ਠੀਕ ਹੈ ਬਿਲਕੁਲ ਵੀਰ ਜੀ ਆਹੋ ਸਾਨੂੰ ਚੰਗਾ ਭਾਅ ਮਿਲਣਾ ਚਾਹੀਦਾ ਬਿਲਕੁਲ ਹਾਂਜੀ ਸਾਨੂੰ ਸਾਡੀ 200 ਰੁਪਏ ਵਾਲੀ ਚੀਜ਼ ਦਾ ਸਾਨੂੰ 300 350 ਮਿਲਣ ਦਿਆ ਠੀਕ ਹੈ ਅਸੀਂ ਕਿਉਂ ਨਾ ਉਹ ਲਈਏ ਬਿਲਕੁਲ ਬਿਲਕੁਲ ਹੈ ਬਿਲਕੁਲ ਇਹ ਵਧਾਉਂਦੇ ਨੇ 5-5 10-10 ਰੁਪਏ ਓਏ ਅਗਲੇ ਪ੍ਰਾਈਵੇਟ ਵਪਾਰੀ ਆ ਸਿੱਧੇ 50-50 100-100 ਰੁਪਏ ਚੁੱਕਦੇ ਨੇ ਠੀਕ ਹੈ ਵੀਰ ਜੀ ਠੀਕ ਨਹੀਂ ਠੀਕ ਠੀਕ ਹੱਥ ਰੰਗ ਕੇ ਜਾਣੇ ਨੇ ਆਪਾਂ ਇਹਨਾਂ ਦੇ ਕਮਾਲ ਕਰ ਦਿੱਤੀ ਆ ਕਮਾਲ ਕਰਤੀ ਇਹਨਾਂ ਸਾਡਾ ਬੁੱਧੂ ਬਣਾਇਆ ਹੋਰ ਚਲੋ ਉਹਨਾਂ ਦੀ ਗੱਡੀ ਵੀ ਆ ਗਈ ਆਓ ਫਿਰ ਸਮਾਨ ਰੱਖੀ ਉਹਦੇ ਵਿੱਚ ਚਲੋ ਜੀ ਹਾਂ ਚਲੋ ਐਰਕੀ ਕਿਤੇ ਰੇਟ ਹੀ ਮਾਸਾ ਮਿਲ ਜਾਏ ਚੰਗਾ ਪੈਸੇ ਪੂਰੇ ਹੋ ਜਾਣ ਮੈਂ ਤਾਂ ਕਹਿੰਦਾ ਇੰਨਾ ਹੀ ਬੜਾ ਐਰਕੀ ਬੇਵਾ ਹੋ ਗਈ ਆ ਵੀਰ ਜੀ ਬਹੁਤ ਮੁਸ਼ਕਲ ਹੋ ਗਈ ਆ ਜਿਹੜੀ ਖੇਤੀ ਆ ਨਾ ਬਹੁਤ ਔਖੀ ਹੋ ਗਈ ਆ ਇਹ ਤਾਂ ਲੱਗਦਾ ਜਿੱਦਾਂ ਨਾ ਸਾਨੂੰ ਸ਼ੌਂਕ ਵਾਂਗੂ ਚੰਬੜ ਗਏ ਆ ਅੰਦਰੋਂ ਅੰਦਰ ਖਾਣ ਡਏ ਨੇ ਰੱਜ ਕੇ ਸਾਡੇ ਢਾਂ ਦੇ ਵਿੱਚ ਹੁਣ ਕੋਈ ਤੋੜ ਹੀ ਨਹੀਂ ਹੈਗਾ ਕਰੀਏ ਕਿ ਦੂਜਾ ਬੰਦਾ ਕੋਈ ਖਰੀਦਣ ਹੀ ਨਹੀਂ ਆਉਂਦਾ ਨਹੀਂ ਆਉਂਦਾ ਵੀਰ ਜੀ ਨਹੀਂ ਆਉਂਦਾ ਸਮਝ ਨਹੀਂ ਲੱਗਦੀ ਕੀ ਕੀਤਾ ਜਾਵੇ ਸਭ ਧੰਦੇ ਵੀਰ ਜੀ ਖਤਮ ਹੋ ਗਏ ਆ ਖਤਮ ਕਰ ਦਿੱਤੇ ਹਾਂ ਕਿਸਾਨੀ ਜਿਹੜੀ ਆ ਨਾ ਖੰਡੇ ਕੰਡੇ ਦੇ ਉੱਤੇ ਖਤਮ ਹੋਈ ਪਈ ਆ ਸਾਨੂੰ ਤਾਂ ਲੱਗਦਾ ਆਪ ਖੇਤੀ ਵੀ ਛੱਡਣੀ ਪੈਣੀ ਆ ਜੇ ਇਸ ਹਿਸਾਬ ਨਾਲ ਤੇ ਖਰਚੇ ਨਹੀਂ ਪੂਰੇ ਹੁੰਦੇ ਨਹੀਂ ਹੁੰਦੇ ਵੀਰ ਜੀ ਨਹੀਂ ਹੁੰਦੇ ਚਲੋ ਹੁਣ ਵੇਖੋ ਕਦੋਂ ਆਉਂਦਾ ਉਹ ਆ ਗਏ ਜੀ ਨੂੰ ਕਹਿੰਦੇ ਆ ਅੱਜ ਤਾਂ ਮਾਸਾ ਦੇਖੜੇ ਰੇਟ ਮਾਸਾ ਹਾਂਜੀ ਸਤਿ ਸ਼੍ਰੀ ਅਕਾਲ ਬਾਊ ਜੀ ਸਤਿ ਸ਼੍ਰੀ ਅਕਾਲ ਕੀ ਗੱਲ ਵਿਗਿਆ ਨਹੀਂ ਅਜੇ ਤੱਕ ਮਾਲ ਮਾਲ ਬਾਊ ਜੀ ਤੁਸੀਂ ਖਰੀਦਣਾ ਕਿਉਂ ਟਿਚਰਾਂ ਕਰਦੇ ਜੇ ਚਲੋ ਅਸੀਂ ਖਰੀਦ ਲੈਨੇ ਆ ਇਹ ਕਿਹੜੀ ਗੱਲ ਆ ਕਿੰਨਾ ਕੁ ਮਾਲ ਆਪਣੇ ਕੋਲ ਮਾਲ ਤੁਹਾਨੂੰ ਪਤਾ ਯਾਰ ਰੋਜ਼ ਆਉਂਦਾ ਜੀ ਆਪਣਾ ਹੈਗਾ ਵਾ ਬਤਾਉਂ ਵੀ ਹੈਗੇ ਆ 4-5 ਕੁਇੰਟਲ ਗਾਜਰ ਬਾਬੂ ਜੀ ਦੀ ਗਾਜਰ ਆ 8-10 ਕੁਇੰਟਲ ਮਾਲ ਆ ਜੀ ਹੋਰ ਪਿੱਛੇ ਟਰਾਲੀ 'ਚ ਪਿਆ ਫਿਰ ਇੱਦਾਂ ਕਰੋ ਬਤਾਓ ਉਹਦੇ 70 ਰੁਪਏ ਤੋੜਾ ਅਤੇ ਗਾਜਰ ਦਾ 50 ਰੁਪਏ ਤੋੜਾ ਬਾਊ ਜੀ ਆਹ ਕਿੱਦਾਂ ਦੀ ਗੱਲ ਹੈ ਅਤੇ ਸਾਡਾ ਆਪਣਾ ਖਰਚਾ ਵੀ ਨਹੀਂ ਪੂਰਾ ਹੋਣਾ ਤੜਾਈ ਨਹੀਂ ਪੂਰੀ ਹੋਣ ਡਈ ਵੇਖੋ ਜੀ ਗੱਲ ਇੱਦਾਂ ਵਾ ਪੈਸੇ ਇੰਨੇ ਮਿਲਣੇ ਜੇ ਦੇਣਾ ਤੁਹਾਡੀ ਮਰਜ਼ੀ ਨਹੀਂ ਦੇਣਾ ਤਾਂ ਵੀ ਤੁਹਾਡੀ ਮਰਜ਼ੀ ਬਾਕੀ ਸਲਾਹ ਕਰ ਲਓ ਆਪਸ ਵਿੱਚ ਬਾਊ ਜੀ ਖਰਚੇ ਬਹੁਤ ਆਉਣ ਰਹੇ ਆ ਮੈਂ ਤੁਹਾਨੂੰ ਰੇਟ ਦੱਸਤਾ ਆ ਬਾਕੀ ਆਪਸ ਵਿੱਚ ਸਲਾਹ ਕਰ ਲਓ ਜੇ ਤੁਹਾਨੂੰ ਵਾਰਾ ਖਾਂਦਾ ਦੇ ਦਿਓ ਨਹੀਂ ਵਾਰਾ ਖਾਂਦਾ ਤਾਂ ਰਹਿਣ ਦਿਓ ਸਲਾਹ ਕਿੱਦਾਂ ਦੀ ਗੱਲ ਕਰੀ ਜਾਂਦੇ ਜੇ ਥੋੜ੍ਹਾ ਜਿਹਾ ਤਾਂ ਕਰੋ ਸਾਡਾ ਸੋਚੋ ਗਰੀਬਾਂ ਦਾ ਕੁਝ ਯਾਰ ਇਹ ਸੋਚਣ ਵਾਲੀ ਕਿਹੜੀ ਗੱਲ ਆ ਮੈਂ ਤਾਂ ਰੇਟ ਤੁਹਾਨੂੰ ਦੱਸਤਾ ਜਿਹੜਾ ਮੈਨੂੰ ਵਾਰਾ ਖਾਂਦਾ ਬਾਕੀ ਅੱਗੇ ਤੁਹਾਡੀ ਮਰਜ਼ੀ ਆ ਜੀ ਬਾਊ ਜੀ ਧੁਆਈ ਬਣਾਈ ਬਣਾਉਣ ਦੇ ਉੱਤੇ ਮਾਲ ਤਿਆਰ ਕਰਨ ਤੇ ਬੜਾ ਖਰਚਾ ਲੇਬਰ ਬੜੀ ਚੜ੍ਹ ਰਹੀ ਆ ਚਲੋ ਵੇਖ ਲਓ ਮਰਜ਼ੀ ਆ ਤੁਹਾਡੀ ਫਿਰ ਕਰਕੇ ਸਲਾਹ ਤੇ ਦੱਸ ਦਿਓ ਫਿਰ ਨੰਬਰ ਤੁਹਾਡੇ ਕੋਲ ਹੋਣਾ ਹੀ ਆ ਕਿੱਦਾਂ ਕਰਨਾ ਫਿਰ
ਇਸ ਤੋਂ ਇਲਾਵਾ ਹੋਰ ਕਿਸੇ ਨੇ ਖਰੀਦਣ ਵੀ ਨਹੀਂ ਆਉਣਾ, ਕਿਸੇ ਨੇ ਨਹੀਂ ਆਉਣਾ, ਸੁੱਟ ਕੇ ਜਾਣਾ ਪੈਣਾ। ਉਦੋਂ ਅਸੀਂ ਵੀ ਜ਼ਿਆਦਾ ਜ਼ਿਆਦਾ ਦੇ ਲਾਲਚ ਦੇ ਵਿੱਚ ਆਣ ਕੇ ਅਤੇ ਆਪਣੇ ਪਹਿਲੇ ਆੜਤੀਏ ਵੀ ਖਰਾਬ ਕਰ ਲਏ ਨਾ। ਬਿਲਕੁਲ ਜੀ ਬਿਲਕੁਲ, ਸਾਡੀ ਰਾਤ ਦਿਨ ਦਾ ਉਹ ਮਤਲਬ 24 ਘੰਟੇ ਦਾ ਕੋਈ ਮੁੱਲ ਨਹੀਂ ਪੈ ਰਿਹਾ। ਬਹੁਤ ਮੁਸ਼ਕਲ ਹੋ ਗਈ ਵੀਰ ਜੀ ਆਉਣ ਵਾਲੇ ਸਮੇਂ ਦੇ ਵਿੱਚ। ਪਹਿਲਾਂ ਹੈਗਾ ਸੀ ਆੜਤੀਏ, ਇਹਨਾਂ ਦੇ ਨਾਲ ਦੂਜੇ ਆੜਤੀਏ ਆਉਂਦੇ ਹੁੰਦੇ ਸੀ, ਉਹ ਕੰਪੀਟੀਸ਼ਨ ਦਿੰਦੇ ਹੁੰਦੇ ਸੀ, ਬੋਲੀ ਲੱਗਦੀ ਹੁੰਦੀ, ਬੋਲੀ ਲੱਗਦੀ ਪੂਰੀ ਅੜ ਕੇ ਬੋਲੀ ਲੱਗਦੀ। ਹਾਂ ਹੁਣ ਇਹ ਬੋਲੀ ਲਾਉਂਦੇ ਨਹੀਂ, ਉਹਨਾਂ ਨੂੰ ਲੋੜ ਹੀ ਨਹੀਂ, ਉਹਨਾਂ ਨੂੰ ਪਤਾ ਸਾਡੇ ਤੋਂ ਇਲਾਵਾ ਕਿਸੇ ਨੇ ਖਰੀਦਣਾ ਹੀ ਨਹੀਂ। ਨਹੀਂ ਜਿਹੜਾ ਖਰੀਦਣ ਦੇਣਾ ਵੀ ਨਹੀਂ ਕਿਸੇ ਨੂੰ। ਬਹੁਤ ਨੁਕਸਾਨ ਹੋ ਗਿਆ, ਬਹੁਤ ਆਪਣੇ ਪੈਰਾਂ 'ਤੇ ਆਪ ਘੋੜਾ ਮਾਰ ਲਿਆ। ਮਾਰ ਲਿਆ ਵੀਰ ਜੀ, ਮਾਰ ਲਿਆ ਜਿਹੜੇ ਆਪਣੇ ਆੜਤੀਏ ਅਸੀਂ ਭਜਾਤੇ ਨਾ, ਇਹ ਤਾਂ ਅਸੀਂ ਆਪਣੇ ਪੈਰ ਜਿਹੜੇ ਆਪ ਵੱਢ ਲਏ ਫੜ ਕੇ। ਅਜੇ ਤਾਂ ਸਾਨੂੰ ਸਿੰਪਲ ਹੀ ਮਿਲ ਗਿਆ ਵਾ, ਇੱਥੋਂ ਹੀ ਸਿੰਪਲ ਮਿਲ ਗਿਆ ਵਾ ਸਾਡਾ। ਰਾਤ ਦਿਨ ਆਪਾਂ ਸਲਾਹ ਲੈ ਕੇ ਜਾਂਦੇ, ਫੋਨ ਕਰਦੇ ਨੇ, ਸਾਨੂੰ ਪੈਸਾ ਮਿਲ ਜਾਂਦਾ ਹੁੰਦਾ ਸੀ। ਹੋਰ ਇਹਨਾਂ ਨੇ ਸਾਨੂੰ ਕਿਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਸਾਨੂੰ ਕਿਸੇ ਨੇ ਮਿਲਿਆ ਕਰਨਾ? ਨਾ ਜੀ ਨਹੀਂ ਮਿਲਿਆ। ਚਲੋ ਹੁਣ ਕੀ ਕਰਨਾ ਫਿਰ, ਹੁਣ ਇਹਨੇ ਨੂੰ ਦੇ ਕੇ ਜਾਣਾ ਪੈਣਾ, ਹੁਣ ਖੜ ਕੇ ਕੀ ਕਰਨਾ, ਖਰਾਬ ਹੀ ਹੋਣੀ ਹੈ। ਕਿੱਥੇ ਰੱਖਾਂਗੇ ਖੜ ਕੇ ਨੂੰ? ਚਲੋ ਮੈਂ ਮਾਰਾਂ ਵਾਰ, ਫਿਰ ਉਹਨੂੰ ਮਾਰ ਲਓ। ਲਓ ਫਿਰ ਬਾਊ ਜੀ, ਫਿਰ ਜੇ ਵੇਖ ਲਓ ਥੋੜ੍ਹਾ ਬਹੁਤ ਵਧਾ ਸਕਦੇ ਜੇ ਤੇ। ਮੈਂ ਤਾਂ ਤੁਹਾਨੂੰ ਪਹਿਲਾਂ ਕਿਹਾ ਸੀ ਮਰਜ਼ੀ ਆ ਤੁਹਾਡੀ, ਅਜੇ ਵੀ ਵੇਖ ਲਓ ਜੇ ਹੁਣ ਆਏ ਜੇ ਤਾਂ ਮੈਂ ਲੈ ਕੇ ਜਾਓ ਥੋੜ੍ਹਾ ਜਿਹਾ ਹੋਰ ਮਾਰ ਦਿਓ। ਸਾਡੀ ਬੜੀ ਮਿਹਨਤ, ਬੜੀ ਮਿਹਨਤ ਕਰਦੇ ਹਾਂ ਬਸ ਇੰਨੇ ਜੀ, ਇਹ ਸਭ ਕੁਛ ਇੰਨੇ ਜੀ ਜਾਣਾ ਜੇ। ਚਲੋ ਫਿਰ ਅਸੀਂ ਘਰ ਖੜ ਕੇ ਵੀ ਕੀ ਕਰਨਾ, ਸਾਡੇ ਕੰਮ ਨਹੀਂ। ਚਲੋ ਕੋਈ ਨਹੀਂ, ਪੈਸੇ ਤੁਹਾਡੇ ਅਕਾਊਂਟ 'ਚ ਆ ਜਾਣਗੇ, ਮੇਰੀ ਗੱਡੀ ਆਉਣ ਦੀ ਹੈ, ਮੈਂ ਕਰਾਉਣਾਗਾ ਲੋਡ। ਚਲੋ ਠੀਕ ਹੈ, ਸਬਜ਼ੀ ਗਾਜਰ ਹੈਗੀ ਆਪਣੀ 200 ਰੁਪਏ ਦਾ ਗੱਟਾ, ਤਾਂ ਬਤਾਊ 250 ਦਾ ਗੱਟਾ। ਮਹਾਰਾਜ ਕੋਈ ਸਹੀ ਸਹੀ ਰੇਟ ਲਾਓ, ਤੁਸੀਂ ਸਾਡੇ ਕੋਲ ਜਦੋਂ ਲੈਂਦੇ ਉਦੋਂ ਬਹੁਤ ਘੱਟ ਰੇਟ ਤੇ ਲੈਂਦੇ ਜੀ, ਹੁਣ ਤੁਸੀਂ ਤੇਜ਼ ਕਰ ਰਹੇ ਜੀ। ਉਹ ਅੰਕਲ ਜੀ ਇੰਨੇ ਰੇਟ ਤੇ ਇੱਥੇ ਵੀ ਗੰਢੀ ਆ। ਹਾਂਜੀ, ਇਹ ਜਦੋਂ ਮੇਰੇ ਮੋਲ 'ਚ ਚਲ ਗਈ ਨਾ, ਇਹ 400 ਰੁਪਏ ਨੂੰ ਹੋ ਜਾਣਾ ਕੱਟਾ, ਤਾਂ ਉਹਦਾ 500 ਰੁਪਏ ਨੂੰ। ਚਲੋ ਗੱਲ ਕਰੋ ਲੈਣੀ ਆ ਤੇ। ਚਲੋ ਖੜਨੀ ਤਾਂ ਪੈਣੀ, ਹੁਣ ਪ੍ਰੋਗਰਾਮ ਆ ਤਾਂ ਖੜਨੀ ਤਾਂ ਪੈਣੀ ਆ। ਚਲੋ ਕੋਈ ਨਹੀਂ, ਲੈ ਜਾਓ ਤੁਸੀਂ, ਕਰੋ ਸੈਟ ਕਰੋ। ਠੀਕ ਆ, ਕੋਈ ਗੱਲ ਨਹੀਂ, ਕਰ ਦਿੰਦੇ ਆ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਜੀ, ਇਹ ਵੀਡੀਓ ਬਣਾਉਣ ਦਾ ਮਕਸਦ ਇਹੋ ਹੀ ਆ ਧਰਨੇ ਦੇ ਵਿੱਚ ਵੀ, ਕਿ ਕਈ ਜਾਣਿਆਂ ਨੂੰ ਲੱਗਦਾ ਕਿ ਬਿੱਲ ਜਿਹੜੇ ਨੇ ਨਾ ਉਹ ਸਹੀ ਨੇ, ਸਾਨੂੰ ਕਿਸਾਨਾਂ ਨੂੰ ਸਮਝ ਨਹੀਂ ਆ ਰਹੇ ਕੀ ਵਜ੍ਹਾ ਵਾ। ਇਹੋ ਕੰਮ ਹੋਣਾ ਵਾ ਇਨ ਫਿਊਚਰ ਤੁਹਾਡੇ ਨਾਲ, ਇਹੋ ਕੰਮ ਹੋਣਾ ਵਾ ਕਿ ਕਿਵੇਂ ਵਪਾਰੀਆਂ ਨੇ ਪਹਿਲਾਂ ਤੁਹਾਡੀ ਚੀਜ਼ ਦਾ ਜਿਨਸ ਦਾ ਰੇਟ ਚੁੱਕਣਾ, ਅਤੇ ਛੋਟੇ ਵਪਾਰੀਆਂ ਨੂੰ, ਛੋਟੇ ਆੜਤੀਆਂ ਨੂੰ ਖਤਮ ਕਰਨਾ, ਮੁੜ ਕੇ ਉਹਨਾਂ ਨੇ ਸਾਰੇ ਜਿਹੜੇ ਬਿਜ਼ਨਸ ਦੇ ਉੱਤੇ ਆਪਣਾ ਰਾਜ ਕਰ ਲੈਣਾ ਅਤੇ ਕੰਪੀਟੀਸ਼ਨ ਨੂੰ ਖਤਮ ਕਰ ਦੇਣਾ। ਜਦੋਂ ਕਿਸੇ ਬਿਜ਼ਨਸ ਦੇ ਵਿੱਚ ਕੋਈ ਕੰਪੀਟੀਸ਼ਨ ਨਹੀਂ ਰਹੇਗਾ ਅਤੇ ਉਹਦੇ ਉੱਤੇ ਕਿਸੇ ਦਾ ਅਧਿਕਾਰ ਨਹੀਂ ਰਹੇਗਾ, ਉਹ ਸਿਰਫ ਵਪਾਰੀ ਆਪਣੀ ਮਰਜ਼ੀ ਨਾਲ ਹੀ ਰੇਟ ਲਾਊਗਾ ਖਰੀਦਣ ਵੇਲੇ ਵੀ, ਅਤੇ ਮਰਜ਼ੀ ਨਾਲ ਹੀ ਰੇਟ ਲਾਏਗਾ ਵੇਚਣ ਵੇਲੇ ਵੀ। ਫਿਰ ਇਹੋ ਹੀ ਕੰਮ ਹੋਣਾ ਵਾ ਕਿਸਾਨ ਦੇ ਨਾਲ, ਇਹੋ ਕੰਮ ਹੋਣਾ ਵਾ ਕਿ ਉਹਦੀ ਬਹੁਤ ਘੱਟ ਰੇਟ 'ਤੇ ਖਰੀਦੀ ਜਾਣੀ ਆ ਜਿਨਸ, ਅਤੇ ਖਰੀਦਣ ਵਾਲੇ ਨੂੰ ਬਹੁਤ ਜ਼ਿਆਦਾ ਹਾਈ ਰੇਟ ਦੇ ਉੱਤੇ ਜਿਹੜੀ ਆ ਉਹ ਖਰੀਦਣੀ ਪੈਣੀ ਆ, ਲੈਣੀ ਪੈਂਦੀ ਆ, ਵੱਧ ਰੇਟ 'ਤੇ ਲੈਣੀ ਪੈਂਦੀ ਆ, ਕਿਉਂਕਿ ਮਜ਼ਬੂਰੀ ਨੂੰ ਲੈਣੀ ਪੈਂਦੀ ਆ, ਸਬਜ਼ੀ ਕਿਤੇ ਮਤਲਬ ਮਿਲਦੀ ਨਹੀਂ ਹੈਗੀ ਅਤੇ ਨਾ ਮਿਲਣ ਕਰਕੇ ਆਪਣੇ ਮਜ਼ਬੂਰੀ ਕਾਰਨ ਲੈਣੀ ਪੈਂਦੀ ਆ। ਰੋਟੀ ਤਾਂ ਜੀ ਖਾਣੀ ਖਾਣੀ ਆ ਸਾਰਿਆਂ ਨਿਆਣਿਆਂ ਨੇ। ਵੀਰ ਜੀ ਬੇਨਤੀ ਆ, ਜੋ ਸਾਡਾ ਅੰਦੋਲਨ ਚੱਲ ਰਿਹਾ ਨਾ, ਜੇ ਸਾਡੇ ਕਿਸਾਨ ਜਾਗੇ ਨਾ, ਆਉਣ ਵਾਲਾ ਸਮਾਂ ਸਾਡੇ 'ਤੇ ਭਿਆਨਕ ਜਿਹੜਾ ਵਾ ਕੰਢੇ 'ਤੇ ਖੜਾ ਵਾ। ਜਿਹੜੀਆਂ ਚੀਜ਼ਾਂ ਸਾਡੇ ਕੋਲ 2-4 ਰੁਪਏ ਇੱਕ ਕਿਲੋ ਖਰੀਦ ਕੇ ਅੱਜ ਸ਼ਹਿਰਾਂ ਦੇ ਵਿੱਚ ਦੁਕਾਨਦਾਰਾਂ 'ਚ ਦੁੱਗਣੇ ਚੁੱਗਣੇ ਭਾਵਾਂ 'ਤੇ ਵੇਚੀਆਂ ਜਾ ਰਹੀਆਂ ਵਾ। ਆਉਣ ਵਾਲੇ ਸਮੇਂ ਦੇ ਵਿੱਚ ਛੋਟਾ ਦੁਕਾਨਦਾਰ ਵੀ ਖਤਮ ਹੋ ਜਾਣਾ, ਛੋਟਾ ਦੁਕਾਨਦਾਰ, ਛੋਟਾ ਵਪਾਰੀ, ਇਹਨਾਂ ਦੇ ਕਾਰਪੋਰੇਟਾਂ ਦਾ ਉਪਜ ਪੈਦਾ ਕਰਨ ਤੋਂ ਲੈ ਕੇ ਉਪਜ ਵੇਚਣ ਤੱਕ ਇਹਨਾਂ ਦਾ ਸਾਰਾ ਕੁਝ ਇਹਨਾਂ ਇੱਕ ਬੰਦੇ ਦੇ ਹੱਥ ਵਿੱਚ ਹੋਣਾ ਵਾ, ਸਭ ਕੁਝ ਇਹਨਾਂ ਦੇ ਹੱਥ ਵਿੱਚ ਹੋਣਾ ਵਾ। ਸਾਡੇ ਦੇਸ਼ ਦੀ ਲਗਾਮ ਜਿਹੜੀ ਆ ਨਾ ਕਾਰਪੋਰੇਟ ਘਰਾਣੇ ਦੇ ਹੱਥ ਵਿੱਚ ਹੋਊਗੀ। ਹਾਂਜੀ, ਤੇ ਆਉਣ ਵਾਲਾ ਸਮਾਂ ਸਾਡਾ ਜਿਹੜਾ ਵਾ ਉਹ ਬੜਾ ਭਿਆਨਕ ਵਾ। ਤੇ ਇਹ ਮਤ ਸੋਚੋ ਜਿਹੜੇ ਲੋਕ ਵਿੱਚ ਇਹ ਕਹਿੰਦੇ ਨੇ ਕਿ ਸਾਡਾ ਖੇਤੀ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ, ਤੇ ਅਸੀਂ ਕਿਉਂ ਇਹ ਧਰਨੇ ਦੇ ਵਿੱਚ ਆਈਏ, ਕਿਉਂ ਇਹ ਅੰਦੋਲਨ ਦੇ ਵਿੱਚ ਹਿੱਸਾ ਲਈਏ। ਵੇਖੋ ਜੀ, ਰੋਟੀ ਤੁਸੀਂ ਸਾਰੇ ਖਾਂਦੇ ਜੇ, ਭੁੱਖ ਸਾਰਿਆਂ ਨੂੰ ਲੱਗਦੀ ਆ, ਜਿਹਨੂੰ ਭੁੱਖ ਲੱਗਦੀ ਹੈ ਉਹਦਾ ਅੰਦੋਲਨ ਆ ਇਹ। ਜੇ ਅੱਜ ਚੀਜ਼ ਜਿਹੜੀ ਆ ਨਾ ਸਾਨੂੰ ਜਿਹੜੀ ਖੁਦ ਦੀ ਅੱਜ ਵੇਚ ਕੇ 2 ਰੁਪਏ ਅਤੇ 50 ਰੁਪਏ ਮਿਲ ਰਹੀ ਆ, ਅਤੇ ਇਹੋ ਚੀਜ਼ ਜਿਹੜੀ ਆ ਮੌਲ 'ਚ ਜਾ ਕੇ 500 ਰੁਪਏ ਦੀ ਵਿਕਣੀ ਆ, ਅਤੇ ਇਸ ਚੀਜ਼ ਨੂੰ ਅਵੇਅਰ ਹੋ, ਇਸ ਚੀਜ਼ ਨੂੰ ਕਿਸੇ ਵੀ ਤਰ੍ਹਾਂ ਦੇ ਨਾਲ
ਧਰਮ ਰੰਗ ਨਸਲ ਭੇਦ ਦੇ ਨਾਲ ਨਾ ਜੋੜੋ ਸਿਰਫ ਢਿੱਡ ਦੇ ਨਾਲ ਜੋੜ ਕੇ ਤੇ ਆਪਣਾ ਜਿਹੜਾ ਵਾ ਬਣਦਾ ਯੋਗਦਾਨ ਇਹਦੇ ਵਿੱਚ ਪਾਓ ਸੀ ਸਾਰੇ ਦੇਸ਼ ਵਾਸੀਆਂ ਨੂੰ ਵੀਰ ਜੀ ਅਸੀਂ ਅਪੀਲ ਕਰਦੇ ਹਾਂ ਵੀ ਕਿਸਾਨਾਂ ਦੇ ਨਾਲ ਜੁੜੋ ਬਿਲਕੁਲ ਜੀ ਜੇ ਕਿਸਾਨ ਹੈ ਤੇ ਜਹਾਨ ਹੈ ਬਿਲਕੁਲ ਜਿਹੜੀ ਸਾਡੇ ਕੋਲ 2-4-10 ਰੁਪਏ ਤੁਹਾਨੂੰ ਚੀਜ਼ ਮਿਲੀ ਕਾਰਪੋਰਟ ਘਰਾਣਿਆਂ ਨੇ ਤੁਹਾਨੂੰ 50-50-100 ਰੁਪਏ ਕਿਲੋ ਦੇਣੀ ਜਿੱਦਾਂ 5 ਰੁਪਏ ਗੰਢੇ ਖਰੀਦ ਕੇ 100 ਰੁਪਏ ਦੇ ਰਹੇ ਆ ਇਹ ਨਿਸ਼ਾਨੀਆਂ ਕਾਰਪੋਰਟ ਘਰਾਣਿਆਂ ਦੀਆਂ ਬਿਲਕੁਲ ਜੀ ਬਿਲਕੁਲ ਤੇ ਅੱਗਾ ਜਮ੍ਹਾਂਖੋਰੀ ਵਧਣੀ ਆ ਇਹ ਕੰਮ ਹੋਰ ਜ਼ਿਆਦਾ ਚੁੱਕਿਆ ਜਾਣਾ ਲੋਕ ਲਹਿਰ ਨੂੰ ਸਗੋਂ ਕਿਸਾਨ ਦੇ ਨਾਲ ਮਜ਼ਬੂਤ ਕਰੋ